ਜਿੱਥੇ ਸਾਡੀ ਮਾਂ ਜੀ ਨੇ ਫਰਿਆਦ ਕੀਤੀ ਸੀ ਕਿ ਪਾਣੀ ਢੋ ਢੋ ਕੇ ਮੇਰੇ ਹੁਣ ਹੱਥ ਰਹਿ ਗਏ। ਬਾਜੀ ਗੁਰਬਤ ਨੇ ਕਿੰਨੇ ਸਾਲ ਹੋ ਗਏ ਜਾਨ ਨਹੀਂ ਛੱਡੀ ਹੈਗੀ। ਕਿਸੇ ਘਰ ਕੰਮ ਕਰਨ ਗਿਆ ਸੀ, ਸਹੀ, ਉਹ ਪੌੜੀ ਚੜਿਆ, ਉਹ ਛੱਡ ਕੇ ਪੌੜੀ ਪਰੇ ਚਲਾ ਗਿਆ, ਮੈਂ ਡਿੱਗ ਪਿਆ ਸੀ। ਆ ਘਰ ਦੀ ਜੇ ਭਈ ਹਾਲਤ ਹੈ, ਕਮਰਾ ਵੀ ਟੁੱਟਿਆ ਬਚਿਆ ਵਾ। ਜਿੱਥੇ ਤੇ ਜਿਹੜਾ ਇੱਕਦਮ ਕਰਦੇ ਹੁੰਦੇ ਉਹਦੀ ਕਿੰਨੀ ਫੀਸ ਰੱਖੀ, 1000 ਜਾਂ 1500? ਫੀਸ ਵੀ ਲੈ ਲਾ। ਹਾਂਜੀ, ਕਿਸੇ ਦੇ ਘਰ ਕੰਮ ਕਰਦੇ ਆ, ਹੁੰਦਾ ਨਹੀਂ ਕੰਮ ਨਹੀਂ ਹੁੰਦਾ। ਅੱਲਾ ਦੇ ਨਬੀ ਉੱਥੋਂ ਗੁਜ਼ਰੇ, ਫਰਮਾਇਆ ਤੇਰੀ ਤਾਂ ਹੁਣ ਗਰੀਬੀ ਸ਼ੁਰੂ ਸੀ, ਤੂੰ ਹਲੇ ਵੀ ਅਮੀਰ ਆ, ਕੀ ਅਮਲ ਕਰਦਾ ਹੁਣ? ਗੱਲ बिस्मिल्लाहिर्रहमानिर्रहीम। मुबीन भाई ऐसे घर के अंदर दाखिल हो रहे हैं जिथे साड़ी माँ जी ने फरियाद की सी कि पानी ढो ढो के मेरे हुण हाथ रह गए, बाजू खत्म हो गए। घर दियां देख लो कि 4 इंची दियां दीवारां ओह भी छोटियां छोटियां, देख लो कि पानी पाई मुराद है कि उन्हां दा खुरा वा है इत्थे पानी दा इंतजाम। चलो आप चार ने अपना पानी थोड़ा बहुत इकट्ठा करके पीने वास्ते पानी, गिफ्ट लेके आए हैं इत्थे, इंशाल्लाह जी आपां बिल्कुल नवा नलका लगा रहे हैं इंशाल्लाह, अल्लाह सुने दी मदद नाल। और बड़े लंबे अरसे तो दसदे हैं कि पानी दा इंतजाम ही नहीं सी है, अल्लाह माफ करे जी जी। फिर अल्लाह पाक जदों अपने बंदियां दे सुनन ते आंदा ते गैब दे खजाने च अल्लाह पाक मदद फरमांदे हैं। ਆ ਘਰ ਦੀ ਜੇ ਭਈ ਹਾਲਤ ਹੈ, ਕਮਰਾ ਵੀ ਟੁੱਟਿਆ ਬਚਿਆ ਵਾ, ਲੇਕਿਨ ਆਪਾਂ ਫਿਰ ਮਾਂ ਦੇ ਨਾਲ ਲੈ ਕੇ ਤੇ ਬਾਬਾ ਜੀ ਨਾਲ ਲੈ ਕੇ ਫਿਰ ਆਪਾਂ ਪੂਰਾ ਕਮਰਾ ਦਿਖਾਵਾਂਗੇ। लो जी मुबीन भाई अलहमदुल्ला जरा अज का अपना वाटर प्रोजेक्ट बड़े ही खूबसूरत तरीन नक्शे के नाल और बड़ी ही परमानेंट जगह से अलहमदुल्ला मुकम्मल हो गया। दिली दुआ के अल्लाह ताला अपनी बारगाह कबूल मंजूर फरमाए। अल्लाह पाक का किन्ना आमीन, अल्लाह पाक का किन्ना एहसान है कि अल्लाह पाक उत्थे लवांदे हैं जिथे असल जरूरत है। जी जी अलहमदुल्ला रब्बिल आलमीन। नाल ही साडी बाजी खड़े हैं भाई, बाजी दस रहे सी कि सुबह दे नाल पानी ढो ढो के बाजू थक गए। बाजी आप ही दसो असल मामलात की है। हां जी, किसे दे घर काम करदे आ, हुंदा नहीं काम नहीं हुंदा। बाथरूम बने ਉਹਨਾਂ ਦੇ ਉੱਪਰ ਦੇਖਿਆ ਕਿ ਅੱਲਾ ਦੀ ਅਜ਼ਮਾਇਸ਼ ਓਨਲੀ ਟਾਈਪ ਆ ਜਾਂਦੀ ਹੈ। ਨਹੀਂ ਨਹੀਂ ਉਹ ਤਾਂ ਨਹੀਂ ਕਰਦਾ ਸੀਗਾ, ਚਾਰ ਹੁੰਦਾ ਵੇ ਦਮ ਕਰਦਾ ਸੀ। ਸਹੀ ਨਾ, ਮੈਂ ਦਸਤੀ ਕੰਮ ਕਰਦਾ ਸੀ। ਕੋਈ ਹਵਾਈ ਮਖਲੂਕ ਚੀਜ਼ਾਂ ਤਾਂ ਨਹੀਂ ਤੁਹਾਨੂੰ ਤੰਗ ਕਰਦੀ? ਨਹੀਂ ਨਹੀਂ, ਤੁਸੀਂ ਗਿਰ ਜਾਂਦੇ ਹੋ, ਤੁਸੀਂ ਪਹਿਲਾਂ ਹੋ ਗਿਰੇ ਆ, ਬਾਅਦ ਮੈਂ ਹੁਣ ਲਗਾ ਕਰਦਾ। ਭਾਈ ਤੁਸੀਂ ਸੁਆ ਵੀ ਦੱਸਦੇ ਆ ਗਿਰੇ ਆ? ਨਹੀਂ, ਪਹਿਲਾਂ ਡਿੱਗਦਾ ਹੁੰਦਾ, ਪਹਿਲਾਂ ਕਰਦਾ ਹੁੰਦਾ ਸੀ ਬਿਜਲੀ ਦਾ ਕੰਮ, ਇਹਨਾਂ ਦੇ ਕੋਠੇ ਪੌੜੀ ਤੋਂ ਡਿੱਗ ਗਿਆ ਸੀ। ਅੱਛਾ, ਬਿਜਲੀ ਦਾ ਪੱਖਾ ਲਾਉਣ ਗਿਆ। ਅੱਛਾ, ਪੱਖਾ ਬਿਜਲੀ ਉਦੋਂ ਕਿਹੜਾ ਤਵੀਦ ਕਰਦਾ ਸੀ ਉਹਨਾਂ? ਉਹਦਾ ਨਹੀਂ ਕਰਦਾ। ਸਹੀ ਤੇ ਤਾਂ ਜਿਹੜਾ ਇੱਕਦਮ ਕਰਦੇ ਹੁੰਦੇ ਉਹਦੀ ਕਿੰਨੀ ਫੀਸ ਰੱਖੀ, 1000 ਜਾਂ 1500? ਫੀਸ ਨਹੀਂ ਦੇਣੀ। ਅੱਛਾ ਅੱਛਾ, ਫੀਸ ਨਹੀਂ ਦੇਣੀ, ਫੀਸ ਵੀ ਲਾ। ਜਿਹੜਾ ਫੀਸ ਵੀ ਲਾ ਕੰਮ ਦੀ ਅਸਲ ਨਿਸ਼ਾਨੀ ਵੀ ਇਹੀ ਹੁੰਦੀ ਹੈ ਬੰਦੇ ਦੀ, ਤੁਹਾਨੂੰ ਲਾਲਚ ਤੇ ਹਵਸ ਨਹੀਂ ਹੁੰਦਾ ਦੁਨੀਆ ਦੀ ਚੀਜ਼ਾਂ ਦਾ। ਜੀ ਜੀ, ਖਾਲੀ ਜਿੱਦਾਂ ਮੈਂ ਉਹ ਕੰਮ ਕਰਦਾ ਲੋਕਾਂ ਦੇ, ਇਦਾਂ ਮੈਂ ਤਾਂ ਜਿਹੜਾ ਕੋਠੀਆਂ ਬਣੀਆਂ ਹੁੰਦੀਆਂ ਮੇਰੀਆਂ, ਪਰ ਨਹੀਂ ਗਿਆ ਨਹੀਂ ਕਿਸੇ ਕੋਲ। ਸਹੀ, ਅੱਛਾ, ਬੰਦਾ ਕੋਈ ਸਾਨੂੰ ਇੱਟਾਂ ਚੁੱਕਦੀਆਂ ਨੂੰ ਦੇਖ ਕੇ ਤੇ ਘਰ ਆਣ ਕੇ 5000 ਰੁਪਇਆ ਦਿੱਤਾ ਤੇ ਕੰਧ ਬਣਾ ਗਿਆ ਸਾਡੀਆਂ ਦਾ, ਮੇਰਾ ਨਾਂ ਨਾ ਲਿਓ। ਸਹੀ, ਦੇਖ ਲਓ ਇਦਾਂ ਦੇ ਖਾਣੇ ਹੀ ਅੱਲਾ ਦੇ। ਬੇਟੀਆਂ ਇੱਕ ਭੈਣ ਆ ਬਾਜੀ, ਉਹਨਾਂ ਦੀ ਬੇਟੀ ਕਿੰਨੀਆਂ ਬਾਜੀ? ਦੋ ਬੇਟੀਆਂ ਹੀ ਆ ਬਾਜੀ। ਦੋ ਬੇਟੀਆਂ ਵਾ? ਅੱਛਾ, ਜਬ ਬੇਟਾ ਨਹੀਂ ਕੋਈ ਵੀ? ਬੇਟਾ ਨਹੀਂ ਕੋਈ, ਤੇ ਭਰਜਾਈ ਵਿਚਾਰੀ ਭਰਾ ਫੋਤ ਹੋ ਗਿਆ, ਉਹ ਵਿਚਾਰੀ ਕੁੜੀ ਮੁੰਡਾ ਵਿਆਹਣ ਵਾਲਾ, ਉਹ ਵੀ ਵਿਚਾਰੀ ਹੁਣ ਸ਼ਾਦੀ ਕਰਨੀ ਬੱਚੇ ਦੇ, ਤੇ ਉਹ ਵੀ ਵਿਚਾਰੀ ਇਦਾਂ ਹੀ ਆ। ਬਾਜੀ ਗੁਰਬਤ ਨੇ ਕਿੰਨੇ ਸਾਲ ਹੋ ਗਏ ਜਾਨ ਨਹੀਂ ਛੱਡੀ ਹੈਗੀ। ਬਸ ਇਦਾਂ ਹੀ ਆ, ਅਸੀਂ ਨਾ ਅੱਲਾ ਦਾ ਸ਼ੁਕਰ ਅਦਾ ਕਰਦੇ ਹਾਂ, ਪਹਿਲਾਂ ਚੱਲ ਚਿਰ ਖੇ ਠੀਕ ਆ, ਸੁਭਾਨ ਅੱਲਾ ਕੁਦਰਤ ਆ ਸੁਭਾਨ, ਕਿਉਂਕਿ ਦੁਨੀਆ ਦਾ ਮਾਲ ਉਜ਼ਾਰ ਦੁਨੀਆ ਸਿੱਧਾ ਕੰਮ ਕਰਨਾ, ਨੇਕ ਕਰਨਾ ਵਾ। ਸਹੀ ਸੁਭਾਨ ਅੱਲਾ, ਇਹਦੇ ਰਸਤੇ ਹੁਣ ਤੁਸੀਂ ਕਿਹਾ ਨਾ ਪਿਆ ਕੰਮ ਸਾਡਾ ਇਦਾਂ, ਪੜ੍ਹਨ ਨੂੰ ਦੱਸਦਾ ਪਿਆ, ਪੜ੍ਹੋ ਅੱਲਾ ਕਰੇ। ਸੁਭਾਨ ਅੱਲਾ ਸੁਭਾਨ ਅੱਲਾ, ਇੱਕ ਨਾ ਬਾਜੀ ਅੱਲਾ ਦੇ ਨਬੀ ਗੁਜ਼ਰੇ ਆ, ਅੱਲਾ ਪਾਕ ਪੜ੍ਹੇ ਆ ਔਰ ਸੁਬਹ ਪੜ੍ਹੀ ਦਾ ਨਮਾਜ਼ ਪੜ੍ਹੀ।
एक ना अल्लाह के नबी गुजरे हैं, अल्लाह तला ने ना अपने नबी वही के जरिए दसिया कि ताड़ी उम्र ना फला बंदा वा तो मैं ना उन्हों जिनी वो जिंदगी है ना एक मिसाल की 100 साल की अद्धी जिंदगी मैं अमीरी दऊंगा अद्धी गरीबी दऊंगा। ये तेरे उम्मती की मर्जी है कि अमीरी पहला लै लवे या पहला गरीबी लै लवे। अल्लाह के नबी ने उस बंदे बुलाया फरमाया कि तेरे बारे अल्लाह तला ने आह हुक्म दिता पहला तू अमीरी लैनी या गरीबी। उन्हें कहा अल्लाह के नबी जी मैंने ना मशावरत वास्ते कुछ टाइम दे दो। घर गया अपनी बीवी ने मशावरत की, बीवी कहती कि तुसी ना अमीरी लो पहला। वह कहे मैं पहला गरीबी लैनी है। वह कहें कि जो बंदा पहला पराठे बड़िया बड़िया चीज़ा खाँदा हो ना तो पीज़े बर्गर खाँदा हो बाद चो गुरबत के टुकड़े नहीं खाते जाते। अगर पहला असी टुकड़े खा लवेंगे तो बाद चो ये तो आस होगी ना चलो अल्लाह ने किस वक्त सानू अमीरी भी दिखानी है। जी जी तो खैर उन्हें ही अपने अल्लाह के नबी को आ गया। वह खैर ना उन्होंने फैसला यह हो कि असी अमीरी पहला लै लीए। कहता अल्लाह के नबी जी सानू ना अमीरी दे दो, अमीरी बहाल होगी। 50 साल जिन्हें भी साल गुजरे जिंद अद्धी उम्र लंघ गई, अल्लाह के नबी उतो गुजरे फरमाया तेरी तो हूँ गरीबी शुरू से तू हले भी अमीर है की अमल करदा। उन्हें कहा अल्लाह के नबी जी मैं बहुत अमल तो नहीं करदा लेकिन मैं एक कोशिश करदा हूँ कि अगर आप खावा तो नाल किसी मस्कीन को खाना खिला देना, जो अपने वास्ते पसंद करो किसी दूसरे मुसलमान भाई वास्ते पसंद कर लेना, जो अपने वास्ते यानी कि घर लैके आवा कोशिश होंगी कि नाल के हमसायों ने भी कुछ ना कुछ दे देव जिंद वजह तो अल्लाह ने मेरे से गरीबी नहीं बहाल हो दी। बिलखसूस ना ही चाचा जी तुम भी माँ जी तुम भी साड़ी ना एक आप ही जान अलहमदुल्ला उन्होंने अपनी नानी जान के इसाले सवाह वास्ते जिन्हों का नाम है मुगल जान मरहूमा उन्होंने अपने इसाले सवाह वास्ते अलहमदुल्ला नलका लगवाया। पहला उन्होंने अपने वालदे मोहतरम के इसाले सवाह वास्ते लगवाया, अज उन्हों का अलहमदुल्ला अपनी नानी जान दे इसाले सवाह वास्ते दुआ करनी उन्होंने वास्ते नमाज पढ़न तो बाद इंशाल्लाह दुआ कर दे रहे हैं। आमीन बिस्मिल्लाहिर्रहमानिर्रहीम। ऐ मेरे अल्लाह अज्ज दा जिहड़ा वाटर प्रोजेक्ट खालिस्तन तेरी रजा वास्ते साडी मोहतरमा आप ही जान उन्होंने अपनी नानी जान दे साले सवाब वास्ते लगवाया मौला अपनी बारगाह कबूल मंजूर फरमा। मौला जितने साल उन्होंने फोत हो गए ने मौला उन्होंने दर्जात नूं बुलंद फरमा। मौला उन्होंने करवट करवट जन्नतुल फिरदौस अंदर आला मुकाम ता फरमा।